जय भोलेनाथ, जय भोलेनाथ, जय भोलेनाथ। हां जी, अज आपां पहली वारी कॉलेज चल दे। जदों ना मिठू भोलेनाथ दी कृपा हो जांदी आ, फिर दिन वड्डे हो जांदे आ। पहला अपना दिन 6 घंटे दा हुंदा सी, ते फिर हुण 8 घंटे दा हो गया, फिर 9 घंटे दा, फिर 10 घंटे दा, फिर दिन दुगनी रात चौगुनी तरक्की। ओ वेख वेख, भगत आ गए, प्रसाद ले जी, लो प्रसाद लो, शंभू 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 ले, और भगतनी आ गई, प्रसाद ले जो। गुंडे ले दस, अज ता मैं प्रसाद बन रहे हैं, अज भी कहने हूं गुंडे हूं गुंडे। उस्ताद जी दो बारी क्यों किता, दो कुड़िया सी ना। उस्ताद जी एक और मॉडल भगतनी आ गई। उस्ताद जी जय भोलेनाथ, आ लो जी प्रसाद। किस चीज का प्रसाद? भोलेनाथ दे मंदिर गया सी सवेरे। अच्छा जी, ओके, मैं भी इसे सोमवार बाद पूरे करते हैं। अच्छा जी, तुसी भी भोलेनाथ दे भक्त हो? हां जी, मैं भी भक्त हां। सेम टू सेम, सेम टू सेम, सेम टू सेम। हां जी, सो क्यूट 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 क्यूट, मैं भी क्यूट। चल तेरी वारी है। की करा, चाल ही चल सकती, होर ता कुछ कर नहीं सकती, चाल चल जी। मेनू नहीं, यस ये ये हैगी है साडी पिंडा दी चेस। चल अग्गे चल, पहला पता है मेनू चेस दा, ठीक है? चा एड्डी भी कोई गल नहीं हैगी, ठीक है ना? जिवें पिंडा च नहीं लोकी जिहड़े वेले हुंदे आ ਅੱਡੇ 'ਚ ਜਾ ਕੇ ਉਹਨਾਂ ਨੇ 12 ਡੀਡੀ ਖੇਡੀ ਹੁੰਦੀ। ਜਿਹੜੇ ਜ਼ਿਆਦਾ ਵਿਹਲੇ ਹੁੰਦੇ ਆ ਬਜ਼ੁਰਗ, ਹੈ ਨਾ, ਉਹ ਤਾਸ਼ ਖੇਡਦੇ ਆ ਜਿਵੇਂ ਇਹਦੇ ਡੈਡੀ। ਹਾਂਜੀ ਚਾਲ ਚਲੋ ਚਾਲ, ਰੁਕ ਜਾ ਮੈਨੂੰ ਸੋਚ ਤਾਂ ਲੈਣ ਦੇ। ਆ ਲੈ। ਅੱਛਾ ਜੀ, ਹੁਣ ਜਿਵੇਂ ਚੈਸ ਦੇ ਵਿੱਚ ਚੈੱਕ ਐਂਡ ਮੇਟ ਹੁੰਦਾ ਨਾ, ਹੁਣ ਤਾਸ਼ ਹੁਣੇ ਉਹ ਚਾਲ ਚੱਲਣ ਲੱਗੇ ਆ, ਠੀਕ ਆ ਜੀ? ਚੈੱਕ ਐਂਡ ਮੇਟ, ਚੈੱਕ ਐਂਡ ਮੇਟ, 1 2 3 ਆ ਲਓ ਚੱਕੋ ਚੱਕੋ। ਪਰ ਆ ਕੀ? ਫੜੋ ਫੜੋ ਫੜੋ, ਪਹਿਲਾਂ ਫੜੋ। ਵਿਨਰ, ਯੇ ਵਿਨਰ ਵਿਨਰ। 12 ਡੀਟੀ ਚ ਹਰਾ ਕੇ ਤੂੰ ਕੋਈ ਤੀਰ ਨਹੀਂ ਮਾਰ ਲਿਆ? ਮਾਰਦਾ ਗੱਲਾਂ, ਖੇਲ ਲੈ ਤੂੰ, ਮੈਂ ਨਹੀਂ ਖੇਲਦੀ, ਜਾ। ਜ਼ਿਆਦਾ ਰਿਐਕਟ ਕਰ ਗਿਆ ਨਾ, ਇਹਨੂੰ ਕਹਿੰਦੇ ਚੰਡੀਗੜ੍ਹ ਦੀ ਹਵਾ, ਪਰਿਵਰਤਨ ਆ ਗਿਆ ਇਹਦੇ 'ਚ। ਆਇਆ ਤੈਨੂੰ ਸਿਖਾਵਾਂ, ਅੱਜ ਤੋਂ ਬਾਅਦ ਮੈਂ ਇਹਦੇ ਨਾਲ ਖੇਡਣਾ ਹੀ ਨਹੀਂ, ਤੂੰ ਬੈਠ। ਆਪਣੇ 'ਚ ਕਦੇ ਲੜਾਈ ਹੋਈ ਹੈ? ਅੱਜ ਇਹ ਆ ਗਈ ਹੈ, ਦੇਖੀ ਆਪਣੇ 'ਚ ਲੜਾਈ ਪਵੇਗੀ ਅੱਗੇ ਵੀ। ਆਪਾਂ ਪਹਿਲਾਂ ਵਧੀਆ ਸੀਗੇ ਯਾਰ, ਹੈ ਨਾ? ਤੂੰ ਮੈਨੂੰ ਚੈੱਸ ਸਿਖਾਈ, ਮੈਂ ਤੈਨੂੰ 12 ਡੀਟੀ ਸਿਖਾਵਾਂਗਾ, ਠੀਕ ਹੈ? ਇਹ ਪਗਲੀ ਕਹੀ ਕੀ, ਰਹਿਣ ਦੇ ਤੂੰ। ਹਾਂ ਓਏ, ਮੰਤਰੀ ਸਾਹਿਬ ਦਾ ਕੁੱਤਾ ਕਿੱਥੇ ਆ? ਓ ਜਨਾਬ, ਮੈਨੂੰ ਨਹੀਂ ਪਤਾ ਜਨਾਬ। ਅੱਛਾ ਤੈਨੂੰ ਨਹੀਂ ਪਤਾ ਇਹ ਕੁੱਤਾ ਕਿੱਥੇ ਆ? ਓਏ ਮਾਰਤਿਆ। ਅੱਛਾ ਮਾਰਤਿਆ, ਆ ਗਿਆ ਯਾਦ ਕਿੱਥੇ ਕੁੱਤਾ ਮੰਤਰੀ ਸਾਹਿਬ ਦਾ? ਨਹੀਂ ਜਨਾਬ, ਮੈਨੂੰ ਜਾਣਦੇ ਜਨਾਬ, ਮੈਂ ਗਰੀਬ ਬੰਦਾ। ਅੱਛਾ ਛੱਡਦਾ ਤੈਨੂੰ, ਤੂੰ ਗਰੀਬ ਬੰਦਾ ਹੈ? ਐਕਸਕਿਊਜ਼ ਮੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੈਂ ਪੀਏ। ਹਾਂਜੀ, ਕੋਈ ਨਾ, ਪੀ ਲੈਨੇ ਜੀ, ਇਕੱਠੇ ਹੀ ਪੀ ਲੈਨੇ। ਮੈਂ ਕਿਹਾ ਮੈਂ ਪੀਏ। ਉਹ ਮੈਂ ਵੀ ਤਾਂ ਉਹੀ ਕਹਿਣਾ, ਨਾਲੇ ਮੌਸਮ ਵੀ ਘੈਂਟ ਆ, ਇਕੱਠੇ ਹੀ ਪੀ ਲੈਨੇ ਜੀ। ਮੈਂ ਮੰਤਰੀ ਸਾਹਿਬ ਦੀ ਪੀਏ। ਓਏ ਜਮਾ ਇਹ ਬਕਵਾਸ ਐਕਟਿੰਗ, ਕੁੜੀ ਤੇ ਤੁਰ ਨਹੀਂ ਹੁੰਦਾ, ਕਿਵੇਂ ਮਰਦਾਨਾ ਚਾਲ ਚੱਲਦੀ ਹੈ? ਇਧਰ ਓਏ, ਤੈਨੂੰ ਕਿੰਨੀ ਵਾਰੀ ਕਹਾ ਮਾਰਤਾ ਉੱਚੀ ਬੋਲਣਾ, ਬੋਲੇਗਾ ਹੁਣ ਉੱਚੀ? ਚਲੋ ਕਰੋ ਦੁਬਾਰਾ ਸ਼ੁਰੂ। ਪਹਿਲਾਂ ਆਹ ਦੱਸ ਬਈ, ਮੰਤਰੀ ਸਾਹਿਬ ਦਾ ਕੁੱਤਾ ਬਈ? ਰਾਜ ਉਸਤਾਦ, ਤੂੰ ਸਾਨੂੰ ਆਖਿਆ ਕਿ ਮੰਦਰ ਜਾਇਆ ਕਰ, ਅਸੀਂ ਮੰਦਰ ਗਏ ਅੱਜ। ਅੱਜ ਸਵੇਰੇ ਜਦੋਂ ਉੱਥੋਂ ਪ੍ਰਸ਼ਾਦ ਲਿਆ ਕੇ ਅਸੀਂ ਲੋਕਾਂ ਨੂੰ ਵੰਡ ਰਹੇ ਸੀ, ਸਟੂਡੈਂਟਸ ਨੂੰ ਵੰਡ ਰਹੇ ਸੀ, ਤਾਂ ਸਾਹਮਣੇ ਇੱਕ ਬਹੁਤ ਸੋਹਣੀ ਕੁੜੀ ਆਈ। ਕੁੜੀ ਆਈ? ਉਹਨੇ ਮੇਰੀ ਆਈ 'ਚ ਆਈ ਪਾ ਕੇ ਵੇਖਿਆ, ਉਹਨੂੰ ਮੈਂ ਪ੍ਰਸ਼ਾਦ ਦਿੱਤਾ, ਉਹਨੇ ਮੈਥੋਂ ਪ੍ਰਸ਼ਾਦ ਲਿੱਤਾ। ਇੰਨੀ ਸੋਹਣੀ ਕੁੜੀ ਸੀ ਨਾ ਉਹ, ਮੈਨੂੰ ਕਹਿੰਦੀ ਸੋ ਕਿਊਟ, ਸੋ ਕਿਊਟ, ਸੋ ਕਿਊਟ। ਗੱਲ ਬਣ ਗਈ, ਮੈਨੂੰ ਲੱਗਦਾ ਹੈ ਕਿ ਉਹ ਮੇਰੇ ਨਾਲ ਫਸ ਗਈ। ਫਸ ਗਈ ਕੀ ਹੁੰਦਾ, ਕੀ ਹੁੰਦਾ ਫਸ ਗਈ? ਪਹਿਲਾਂ ਤਾਂ ਨਾ ਆਪਣੀ ਵੋਕੈਬਲਰੀ ਦੇ ਵਿੱਚੋਂ ਫਸ ਗਈ, ਜ਼ਹਿਰ, ਪਟਾਕਾ, ਬੰਬ, ਉਹ ਦੇਖ ਅੱਗ ਲਾਉਂਦੀ ਤੁਰੀ ਜਾਂਦੀ ਹੈ, ਹੈਂ, ਉਹਨੇ ਦੇਖ ਦੰਦਲ ਪਾਤੀ, ਉਹ ਬਾਈ ਇਹੋ ਜਿਹੇ ਸ਼ਬਦ ਕੱਢ ਦਈਏ। ਹਾਂ ਇਹ ਆ ਲੈ ਕੱਢ ਤੇ, ਪਰ ਇੱਕ ਗੱਲ ਹੈ ਉਸਤਾਦ, ਇਹੋ ਜਿਹੇ ਸ਼ਬਦ ਤਾਂ ਕਦੇ ਅਸੀਂ ਨਹੀਂ ਬੋਲੇ ਜਿਹੇ ਤੂੰ ਬੋਲਿਆ। ਤਾਂ ਹੀ ਤਾਂ ਉਸਤਾਦ ਜੀ ਕਹਿੰਦੇ ਇਹਨਾਂ ਨੂੰ। ਉਸਤਾਦ ਤਾਂ ਉਸਤਾਦ ਹੀ ਹੁੰਦਾ। ਅੱਛਾ
ਦੂਜੀ ਗੱਲ, ਲਾਇਬ੍ਰੇਰੀ ਤੁਸੀਂ ਰੋਜ਼ ਜਾਂਦੇ ਹੋ? ਹਾਂ ਜਾਂਦੇ ਆ। ਠੀਕ ਆ ਨਾ, ਹਾਂਜੀ। ਲਾਇਬ੍ਰੇਰੀ ਜਾ ਕੇ ਹਿਸਟਰੀ ਦੀਆਂ ਕਿਤਾਬਾਂ ਪੜ੍ਹੋ, ਹਿਸਟਰੀ ਨਾਲ ਤੁਹਾਡੀ ਜ਼ਿੰਦਗੀ 'ਚ ਉਰਦੂ ਆਊਗੀ। ਹੈਂ, ਵਾਹ ਕਿਆ ਅਦਾ ਹੈ। ਕਾਤਿਲ ਨਿਗਾਹੇਂ ਯੇ ਤੇਰੀ ਜ਼ੁਲਫੇ ਹੈਂ, ਯੇ ਲਹਰਾਤੇ ਬਾਲ ਯੇ ਗੁਲਾਬੀ ਗਾਲ, ਇਹੋ ਜਿਹੇ ਸ਼ਬਦ ਆਉਣਗੇ, ਨੌਲੇਜ ਵਧੂਗੀ, ਵੋਕੈਬਲਰੀ ਵਧੀਆ ਹੋਊਗੀ ਤੁਹਾਡੀ, ਸ਼ਬਦ ਚੇਂਜ ਹੋਣਗੇ। ਹੈਂ, ਕਿਆਮਤ ਹੁਸਨ ਹੈਂ, ਯੇ ਚਿਹਰਾ ਯੇ ਕਲੀਆਂ ਯੇ ਜ਼ੁਲਫੇ, ਇਹ ਵਾਲੇ ਸ਼ਬਦ ਲਾਇਬ੍ਰੇਰੀ ਜਾ ਕੇ। ਠੀਕ ਹੈ ਗੁਰੂ ਜੀ, ਉਹ ਆ ਨਹੀਂ ਜਾਂਦੇ, ਇਹ ਤਾਂ ਭੱਜ ਗਏ ਸੀ ਪਿਛਲੀ ਵਾਰ। ਲਾਲਾ ਹੈ, ਮੈਂ ਕੀ ਸੁਣ ਰਿਹਾ? ਮੈਂ ਜਾਊਂਗਾ ਜਾਊਂਗਾ ਹੁਣ, ਮੈਂ ਕੁੜੀ ਲਈ ਕੁਛ ਵੀ ਕਰ ਸਕਦਾ, ਮੈਂ ਲਾਇਬ੍ਰੇਰੀ ਵੀ ਜਾ ਸਕਦਾ, ਮੈਂ ਕਿਤਾਬਾਂ ਵੀ ਪੜ੍ਹ ਸਕਦਾ, ਮੈਂ ਜਿੰਦ ਜਾਨ ਲਾ ਦੂੰਗਾ, ਪਰ ਮੇਰੀ ਜ਼ਿੰਦਗੀ 'ਚ ਕੁੜੀ ਆਉਣੀ ਚਾਹੀਦੀ ਹੈ, ਕੁੜੀ ਆਉਣੀ ਚਾਹੀਦੀ ਹੈ। ਮੈਨੂੰ ਇਹਦੀਆਂ ਗੱਲਾਂ 'ਤੇ ਭੋਰਾ ਭਰੋਸਾ ਨਹੀਂ ਹੈਗਾ, ਤੁਸੀਂ ਦੋਨੇ ਮੈਨੂੰ ਸਿੱਧੀ ਰਿਪੋਰਟਿੰਗ ਕਰੋਗੇ? ਜੀ ਉਸਤਾਦ। ਠੀਕ ਹੈ ਨਾ? ਜੀ ਉਸ। ਲਾਇਬ੍ਰੇਰੀ, ਕਿਤਾਬਾਂ, ਰਿਪੋਰਟਿੰਗ। ਜੀ ਕਿਤਾਬ ਇਸ਼ੂ ਕਰਾਉਣੀ ਸੀ। ਕਿਹੜੀ ਕਿਤਾਬ ਇਸ਼ੂ ਕਰਾਉਣੀ ਸੀ? ਜਿਹੜੀ ਮਰਜ਼ੀ ਕਰ ਦਿਓ ਜੀ, ਬਸ ਪੰਜਾਬੀ 'ਚ ਹੋਵੇ। ਮੈਂ ਤੈਨੂੰ ਕਾਲਜ 'ਚ ਕਦੇ ਦੇਖਿਆ ਤਾਂ ਹੈ ਨਹੀਂ। ਮੈਂ ਇੱਥੇ ਹੀ ਪੜ੍ਹਦਾ ਜੀ ਪਿਛਲੇ 13 ਸਾਲਾਂ ਤੋਂ। ਹੁਣ ਤੁਸੀਂ ਦੇਖੋ 4 ਸਾਲ ਲਾਏ ਜੀ ਮੈਂ ਫਸਟ ਈਅਰ 'ਚ। ਉਸਤਾਦ 4 ਨਹੀਂ 5। ਹੋਏ ਕੁਛ ਵਧਿਆ ਹੀ ਹੈ, ਘਟਿਆ ਤਾਂ ਨਹੀਂ। 4 ਸਾਲ ਲਾਏ BA ਸੈਕੰਡ ਈਅਰ 'ਚ। ਉਸਤਾਦ ਜੀ 4 ਨਹੀਂ 5 ਲਾਏ ਨੇ। ਵਿੱਚ ਨਾ ਬੋਲਿਆ ਕਰ। ਤੇ ਤੀਸਰਾ ਸਾਲ ਮੇਰਾ BA ਫਾਈਨਲ 'ਚ। ਕਿਹੜੇ ਸਬਜੈਕਟ ਦੀ ਕਿਤਾਬ ਚਾਹੀਦੀ ਹੈ ਤੁਹਾਨੂੰ? ਸਬਜੈਕਟ ਬੋਲੋ ਯਾਰ, ਦੱਸੋ ਯਾਰ ਜੀ। ਪੰਜਾਬੀ, ਫਾਈਨ ਆਰਟਸ, ਹਿਸਟਰੀ। ਤੁਸੀਂ ਹਿਸਟਰੀ ਦੀ ਬੁੱਕ ਇਸ਼ੂ ਕਰ ਦਿਓ ਜੀ। ਠੀਕ ਹੈ। ਹਲ ਫੜੋ। ਥੈਂਕ ਯੂ ਜੀ। ਇੰਨੀਆਂ ਕੁੜੀਆਂ, ਉੱਪਰੋਂ ਕਿਤਾਬਾਂ, ਪੜ੍ਹ ਪੜ੍ਹ ਯਾਰ, ਇਹ 'ਚ ਕੀ ਲਿਖਿਆ? ਮੁਹੰਮਦ ਗਜਨਵੀ ਨੇ ਭਾਰਤ ਉੱਤੇ 17 ਹਮਲੇ ਕੀਤੇ। 17 ਹਮਲੇ ਕੀਤੇ? ਉਹਦਾ ਇੱਕ ਨਾਲ ਨਹੀਂ ਸਿਰਿਆ ਯਾਰ। ਉਸਤਾਦ ਜੀ ਅੱਗੇ ਸੁਣੋ, ਅੱਗੇ 17 ਹਮਲੇ ਕਰਨ ਤੋਂ ਬਾਅਦ ਸਾਰਾ ਸੋਨਾ ਅਫਗਾਨਿਸਤਾਨ ਲੈ ਗਿਆ। ਬੱਲੇ ਬੱਲੇ ਬੱਲੇ, ਵੈਸੇ ਇੱਕ ਗੱਲ ਹੈ ਬਈ, 17 ਵਾਲ ਲੁੱਟਣ ਤੋਂ ਬਾਅਦ ਭਾਰਤ ਐਨ ਖੜਾ ਜਿਵੇਂ ਮੈਂ। ਐਕਸਕਿਊਜ਼ ਮੀ, ਪ੍ਰੋਫੈਸਰ ਹਰਪ੍ਰੀਤ ਮੈਮ ਕਿੱਥੇ ਆ? ਆਫਿਸ 'ਚ ਹੋਣਗੇ ਮੈਮ। ਓਕੇ, ਥੈਂਕ ਯੂ। ਤੁਸੀਂ? ਹੈਲੋ, ਉਹ ਤੁਸੀਂ ਇੱਥੇ? ਸੋ ਸਰਪ੍ਰਾਈਜ਼। ਹਾਂਜੀ, ਬੈਠਣ ਦੇ। ਬੈਠੋ ਜੀ, ਬੈਠੋ। ਥੈਂਕ ਯੂ, ਤੁਸੀਂ ਬੈਠੋ। ਹੋਰ ਦੱਸੋ, ਤੁਸੀਂ ਮੰਦਿਰ ਵੀ ਜਾਂਦੇ ਹੋ, ਲਾਇਬ੍ਰੇਰੀ ਵੀ ਆਉਂਦੇ ਹੋ, ਚਲੋ ਵਧੀਆ ਗੱਲ ਹੈ। ਵੈਸੇ ਕੀ ਪੜ੍ਹ ਰਹੇ ਸੀ? ਮੁਹੰਮਦ ਗਜਨਵੀ, 17 ਹਮਲੇ ਇਕੱਠੇ ਹੀ ਲੁੱਟ ਕੇ ਲੈ ਗਏ ਜੀ ਭਾਰਤ ਤੋਂ ਸਾਰਾ ਕੁਛ। ਹਾਂਜੀ। ਓਕੇ, ਹਿਸਟਰੀ ਪੜ੍ਹ ਰਹੇ ਸੀ? ਹਾਂਜੀ ਹਾਂਜੀ ਹਾਂਜੀ, ਹਿਸਟਰੀ। ਵੈਸੇ ਮੈਂ ਵੀ ਹਿਸਟਰੀ ਦੀ ਸਟੂਡੈਂਟ ਹਾਂ। ਅੱਛਾ ਜੀ। ਹਾਂਜੀ, ਸੇਮ ਟੂ। ਪੀਐਚਡੀ ਕਰ ਰਹੇ ਹੋ ਤੁਸੀਂ? ਹਾਂਜੀ ਹਾਂਜੀ, ਪੀਐਚਡੀ। ਅੱਛਾ, ਤੁਹਾਨੂੰ ਬਾਬਰ ਬਾਰੇ ਕੁਛ ਪਤਾ ਹੈ? ਬਾਬਰ ਦਾ ਨਾਂ ਨਾ ਲਓ ਜੀ, ਉਹ ਤਾਂ ਬੰਦਾ ਵੀ ਬਹੁਤ ਘਟੀਆ ਸੀ ਜੀ, ਉਹਦਾ ਤਾਂ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਹ ਤਾਂ ਧਰਤੀ ਤੇ ਬੋਝ ਸੀ ਬੋਝ। ਤੁਸੀਂ ਕੋਈ ਹੋਰ ਗੱਲ ਕਰੋ ਜੀ। ਹੋਰ ਫਿਰ ਉਸ ਤੋਂ ਬਿਨਾਂ ਕਿਹਦੇ ਬਾਰੇ ਗੱਲ ਕਰੀਏ? ਉਸ ਤੋਂ ਬਿਨਾਂ ਜੀ ਦੇਖੋ, ਹੀਰ ਰਾਂਝੇ ਬਾਰੇ, ਮਿਰਜ਼ਾ ਸਾਹਿਬਾ ਬਾਰੇ, ਸੱਸੀ ਪੁੰਨੂ ਬਾਰੇ, ਸੋਹਣੀ ਮਹੀਵਾਲ ਬਾਰੇ। ਵੈਸੇ ਉਹ ਲੋਕ ਹਿਸਟਰੀ 'ਚ ਨਹੀਂ ਆਉਂਦੇ। ਪਰ ਨਾ ਹੁਣ, ਇਹੀ ਤਾਂ ਸਾਡੀ ਕਿਸਮਤ ਮਾੜੀ ਹੈ, ਪਿਆਰ ਭਰੀਆਂ ਚੀਜ਼ਾਂ ਹਿਸਟਰੀ 'ਚ ਆਉਂਦੀਆਂ ਨਹੀਂ। ਵੈਸੇ ਇਹ ਸਾਰੇ ਹਿਸਟਰੀ 'ਚ ਆਉਣੇ ਚਾਹੀਦੇ ਆ। ਹਾਂਜੀ, ਚਲੋ ਠੀਕ ਹੈ, ਫਿਰ ਮਿਲਦੇ ਹਾਂ ਕਦੇ। ਬਾਏ। ਹਾਂਜੀ, ਬਾਏ ਬਾਏ ਬਾਏ। ਬਾਏ। ਓਏ ਤੁਸੀਂ, ਐਵੇਂ ਹੀਰ ਦੇ ਮਾਮੇ ਬਣੀ ਜਾਂਦੇ ਹੋ, ਬਾਏ ਤਾਂ ਮੈਨੂੰ ਕਰਕੇ ਗਈ ਹੈ। ਬਾਏ, ਬੈਠੋ ਏ, ਚੱਲ ਤੂੰ ਗਜਨਵੀ ਬਾਰੇ ਪੜ੍ਹ। 17 ਹੀ ਹਮਲੇ ਕੀਤੇ ਸੀ ਉਸਤਾਦ ਜੀ, ਬਸ। ਅੱਛਾ, 18 ਨੇ ਕੀਤਾ? ਹੋਰ ਨਹੀਂ ਕੀਤੇ। ਅੱਛਾ, 5 ਦਾ ਟਾਈਮ ਤਾਂ ਸੀਗਾ, 6:30 ਵੱਜ ਗਏ, ਪਿੰਕੀ ਹਾਲੇ ਤੱਕ ਨਹੀਂ ਆਈ ਯਾਰ। ਉਹ ਕੋਈ ਨਹੀਂ ਯਾਰ, ਟ੍ਰੈਫਿਕ 'ਚ ਫਸ ਗਈ ਹੋਣੀ ਹੈ ਕਿਤੇ। ਟ੍ਰੈਫਿਕ 'ਚ ਨਹੀਂ, ਮੈਂ ਤਾਂ ਜ਼ਿੰਦਗੀ 'ਚ ਫਸੀ ਹੋਈ ਹਾਂ। ਆਓ ਮੇਰੀ ਸਰਕਾਰ, ਤੁਹਾਡੇ ਇੰਤਜ਼ਾਰ 'ਚ ਅਸੀਂ ਅੱਧੇ ਰਹਿ ਗਏ। ਜਨਾਬ, ਕੰਮ ਤਾਂ ਦੱਸ ਦੋ ਹੁਣ ਕੀ ਹੈ? ਕੰਮ ਖਾਸ ਵੀ ਆ ਤੇ ਖਤਰਨਾਕ ਵੀ। ਓਏ, ਖਤਰਿਆਂ ਨਾਲ ਖੇਡਣਾ ਤਾਂ ਜੱਟਾਂ ਦਾ ਕੰਮ ਹੈ, ਤੂੰ ਕੰਮ ਦੱਸ। ਮੇਰੇ ਹਸਬੈਂਡ ਦਾ ਕਤਲ ਕਰਨਾ। ਕਤਲ?
हैलो की हाल चाल जी। हाँ जी कौन? ਲੈ ਕੱਲ ਤਾਂ ਨੰਬਰ ਫੜਾਇਆ ਸੀ, ਭੁੱਲ ਵੀ ਗਏ ਇੰਨੀ ਛੇਤੀ? ਓ ਤੁਸੀਂ ਕਿਵੇਂ ਹੋ? ਬਸ ਵਧੀਆ, ਤੁਸੀਂ ਸੁਣਾਓ? ਬਸ ਠੀਕ ਆ। ਕਿਵੇਂ ਫੋਨ ਕੀਤਾ ਸੀ? ਕਰਦੇ ਸੀ ਸ਼ਾਮੀ, ਅੱਜ ਘੁੰਮਣ ਚੱਲੀਏ ਕਿਤੇ। ਅੱਜ ਸ਼ਾਮ? ਐਕਚੁਅਲੀ ਅੱਜ ਸ਼ਾਮ ਤਾਂ ਮੈਂ ਆਪਣੀ ਫਰੈਂਡ ਨਾਲ ਸ਼ੋਪਿੰਗ ਕਰਨ ਜਾਣਾ ਸੀ। ਸ਼ੋਪਿੰਗ ਵੀ ਕਰਾ ਦਾਂਗੇ, ਐਡੀ ਕੀ ਗੱਲ ਆ, ਆਓ ਤਾਂ ਸਹੀ। ਚਲੋ ਠੀਕ ਆ, ਮਿਲਦੇ ਹਾਂ ਫਿਰ ਸ਼ਾਮੀ 5 ਵਜੇ। ਚਲੋ ਆ ਜਾਓ, ਵੇਟ ਕਰਦੇ। ਬਾਏ ਬਾਏ। ਵਾਓ ਸ਼ੋਪਿੰਗ ਮੋਨਾ, ਚੱਲ ਅੱਜ ਸ਼ੋਪਿੰਗ ਤੈਨੂੰ ਮੈਂ ਕਰਵਾਉਣੀ ਹੈ। ਬੜੀ ਛੇਤੀ ਸੀ ਕੀ ਤੂੰ ਟ੍ਰਿਕ? ਐਵੇਂ ਹੀ ਹੈ ਫਿਰ। ਚੱਲ ਚੱਲੀਏ ਫਿਰ, ਲੈਟਸ ਗੋ ਸ਼ੋਪਿੰਗ। ਯੀਪੀ। ਓ ਮਿੱਤਰਾਂ ਦੀ ਅੱਖ ਅੱਜ ਲਾ ਲਿਆ, ਕੋਈ ਬੰਦਾ ਬੁੰਦਾ ਮਾਰਨਾ ਤਾਂ ਦੱਸ ਦੀ। ਮਿੱਤਰਾਂ ਦੀ ਅੱਖ ਅੱਜ ਲਾ ਲਿਆ, ਕੋਈ ਬੰਦਾ ਬੁੰਦਾ ਮਾਰਨਾ ਤਾਂ ਦੱਸ ਦੀ। ਹਾਂ ਫਿਰ ਕੀ ਲੱਗਦਾ ਆਊਗਾ ਅੱਜ ਫਿਰ? ਉਹ ਕਿਹਾ ਤਾਂ ਸੀ, ਬਸ ਇੱਥੋਂ ਹੀ ਆਉਂਦਾ। ਤੇਰੀ ਆਸ਼ਕੀ ਮਰਵਾਊ ਸਾਲਿਆ, ਬਹੁਤ ਪੁੱਠਾ ਪੰਗਾ ਲੈ ਲਿਆ ਆਪਾਂ। ਸਾਲਿਆ, ਜਦੋਂ ਮੈਂ ਕਿਹਾ ਸੀ 1-1 ਲੱਖ ਦੇ ਚੱਕ ਬਣਦੀ ਫਿਰਦੀ ਆ, ਉਦੋਂ ਤਾਂ ਬੜਾ ਖੁਸ਼ ਹੋ ਕੇ ਕਹਿੰਦਾ ਸੀਗਾ ਤੂੰ ਬੜੇਵੇ ਲੈਣੇ ਆ, ਅੰਬ ਲੈਣੇ ਆ। ਹੁਣ ਲੈ ਲਾ ਅੰਬ, ਖਾਲਾ ਅੰਬ। ਅੱਛਾ ਮਸ਼ੂਕ ਤੇਰੀ, ਸਵਾਦ ਲਵੇਂ ਤੂੰ, ਪੈਸੇ ਖਾਵੇਂ ਤੂੰ, ਤੇ ਮਰਨ ਵੇਲੇ ਬਰਾੜ। ਜੱਟਾਂ ਦਾ ਗੁਰਦਾ ਹੁੰਦਾ ਗੁਰਦਾ, ਜੱਟ ਤਾਂ ਪਿੱਛੇ ਨਹੀਂ ਹਟਦੇ। ਹੁਣ ਦਿਖਾ ਗੁਰਦਾ, ਦਿਖਾ ਲਾ ਗੁਰਦਾ ਹੁਣ। ਉਹ ਮੇਰਾ ਮਤਲਬ ਇਹ ਥੋੜੀ ਸੀ ਵੀ ਆਪਾਂ ਕਤਲ ਕਰਨਾ ਹੈ। ਕਤਲ ਤਾਂ ਕਰਨਾ ਹੀ ਪੈਣਾ, ਸਮਝ ਲੈ ਬਸ ਹੁਣ। ਸੀਗਾ ਕਰੂ ਕੁਝ ਬਣਨ ਲਈ ਜੱਟ ਨੀ, ਕਈਆਂ ਨੇ ਕਸੂਤੀ ਮਾਰੀ ਦਿੱਲੀ ਉੱਤੇ ਸੱਟ ਨੀ। ਭੁੱਲ ਗਿਆ ਖਾਬ ਸਾਰੇ, ਏਮਲੈਸ ਹੋ ਗਿਆ ਮਤਲਬ ਯਾਰਾ, ਪਿੱਛੇ ਪਾਇਆ ਨਾ ਮੈਂ ਖੱਟ ਨੀ। ਕਿੰਨੇ ਕਦੋਂ ਛੱਡਿਆ ਲਿਖਦਾ ਹਿਸਾਬ ਏ। ਪਲੀਜ਼ ਏਦਾਂ ਨਾ ਕਰੋ, ਮੈਨੂੰ ਚੰਗਾ ਨਹੀਂ ਲੱਗਦਾ। ਹਲੇ ਤੱਕ ਨਹੀਂ ਆਇਆ, ਜੇ ਹੁਣ ਵੀ ਮੇਰੇ ਸਾਹਮਣੇ ਆ ਜੇ ਨਾ, 5 ਦੀਆਂ 5 ਗੋਲੀਆਂ ਆਰ ਪਾਰ ਕਰਦੇ ਸਾਲੇ 'ਚ। ਜਿਉਂ ਜਿਉਂ ਟਾਈਮ ਨਿਕਲੀ ਜਾਂਦਾ ਸਾਲਾ, ਮੇਰਾ ਤਾਂ ਡਰ ਵੀ ਵਧੀ ਜਾਂਦਾ। ਜਿੰਨਾ ਟਾਈਮ ਖੜੇ ਆ ਨਾ, ਓਨਾ ਟਾਈਮ ਹੋਰ ਖੜ ਜਾ। ਜੇ ਅੱਜ ਟਾਈਮ ਨਾ ਨਾ ਲੱਗਿਆ, ਮੁੜ ਕੇ ਹੌਸਲਾ ਨਹੀਂ ਪੈਣਾ ਫਿਰ। ਸੀਗਾ ਕਰੂ ਕੁਝ ਬਣਨ ਲਈ ਜੱਟ ਨੀ, ਕਈਆਂ ਨੇ ਕਸੂਤੀ ਮਾਰੀ ਦਿੱਲੀ ਉੱਤੇ ਸੱਟ ਨੀ। ਭੁੱਲ ਗਿਆ ਖਾਬ ਸਾਰੇ, ਏਮਲੈਸ ਹੋ ਗਿਆ ਮਤਲਬ ਯਾਰਾ, ਪਿੱਛੇ ਪਾਇਆ ਨਾ ਮੈਂ ਖੱਟ ਨੀ। ਕਿੰਨੇ ਕਦੋਂ ਛੱਡਿਆ। ਹੈਲੋ, ਹਾਂਜੀ ਪਰਾਂ ਹੋ ਲੁੱਟ ਲਿਆ ਸਾਨੂੰ ਚੰਡੀਗੜ੍ਹ ਦੇ ਸਵਾਦ, ਕਿੱਥੇ ਚੱਲੇ ਸੀ? ਲੁੱਟ ਲਿਆ ਸਾਨੂੰ ਚੰਡੀ। ਹੈਲੋ ਮੈਡਮ, ਕੁਛ ਨਹੀਂ ਹੁੰਦਾ, ਕੀ ਕਰ ਰਹੇ ਹੋ ਤੁਸੀਂ? ਹੈਲੋ, ਥੋੜਾ ਕੋਆਪਰੇਟ ਤਾਂ ਕਰੋ, ਸ਼ਾਪਿੰਗ ਕਰਵਾਵਾਂਗੇ। ਕਿੱਥੇ ਜਾ ਰਹੇ ਸੀ? ਕਿੱਥੇ ਚੱਲੀਏ? ਬਲੌਂਗੀ ਚੱਲਦੇ ਆ। ਆਇਆ ਸੀਗਾ ਕਰੂ ਕੁਝ ਬਣਨ ਲਈ ਜੱਟ ਨੀ, ਕਈਆਂ ਨੇ ਕਸੂਤੀ ਮਾਰੀ ਦਿੱਲੀ ਉੱਤੇ ਸੱਟ ਨੀ। ਭੁੱਲ ਗਿਆ ਖਾਬ ਸਾਰੇ, ਏਮਲੈਸ ਹੋ ਗਿਆ ਮਤਲਬ ਯਾਰਾ, ਪਿੱਛੇ ਪਾਇਆ ਨਾ ਮੈਂ ਖੱਟ ਨੀ। ਕਿੰਨੇ ਕਦੋਂ ਛੱਡਿਆ ਲਿਖਦਾ ਹਿਸਾਬ ਏ। ਲੁੱਟ ਲਿਆ
ਸਾਨੂੰ ਚੰਡੀਗੜ੍ਹ ਦੇ ਸਵਾਦ ਨੇ, ਲੁੱਟ ਲਿਆ ਸਾਨੂੰ ਚੰਡੀਗੜ੍ਹ ਦੇ ਸਵਾਦ ਨੇ, ਲੁੱਟ ਲਿਆ ਸਾਨੂੰ ਚੰਡੀਗੜ੍ਹ ਦੇ ਸਵਾਦ ਨੇ, ਵੱਟ ਲਿਆ ਸਾਨੂੰ ਚੰਡੀ